ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਮੀਨੀਆ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਬੀਨੂ ਢਿੱਲੋਂ ਤੇ ਸਰਗੁਣ ਮਹਿਤਾ ਫਿਲਮ ਕਾਲਾ ਸ਼ਾਹ ਕਾਲਾ ਤੋਂ ਬਾਅਦ ਹੁਣ ਨਜ਼ਰ ਆਉਣਗੇ ਫਿਲਮ ਝੱਲੇ ਦੇ ਵਿੱਚ, ਜੋ ਕਿ 15 ਨਵੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਆਉਣ ਲਈ ਤਿਆਰ ਹੈ। ਇਸ ਫਿਲਮ ਦੇ ਵਿੱਚ ਅਸੀਂ ਬੀਨੂ ਢਿੱਲੋਂ ਤੇ ਸਰਗੁਣ ਮਹਿਤਾ ਤੋਂ ਇਲਾਵਾ ਦੇਖਾਂਗੇ ਪਵਨ ਮਲਹੋਤਰਾ, ਜਤਿੰਦਰ ਕੌਰ, ਹਰਬੀ ਸੰਘਾ, ਬਨਿੰਦਰ ਬੰਨੀ ਅਤੇ ਗੁਰਿੰਦਰ ਡਿੰਪੀ ਨੂੰ। ਅਮਰਜੀਤ ਸਿੰਘ ਸਰੋਂ, ਜਿਨ੍ਹਾਂ ਨੇ ਫਿਲਮ ਕਾਲਾ ਸ਼ਾਹ ਕਾਲਾ ਲਿਖੀ ਸੀ ਅਤੇ ਡਾਇਰੈਕਟ ਵੀ ਕੀਤੀ ਸੀ, ਉਹਨਾਂ ਨੇ ਇਸ ਫਿਲਮ ਨੂੰ ਵੀ ਲਿਖਿਆ ਹੈ ਤੇ ਡਾਇਰੈਕਟ ਵੀ ਕੀਤਾ ਹੈ। ਅਤੇ ਟ੍ਰੇਲਰ ਦੇਖ ਕੇ ਇਹ ਵੀ ਪਤਾ ਚੱਲਦਾ ਹੈ ਕਿ ਫਿਲਮ ਦੇ ਵਿੱਚ ਇਹਨਾਂ ਨੇ ਦੋਹੇ ਮੁੱਖ ਕਿਰਦਾਰਾਂ ਦੇ ਸਿਮਿਲਰ ਕੈਰੇਕਟਰਸ ਬਣਾਏ ਨੇ। ਇਸ ਫਿਲਮ ਨੂੰ ਵਰਲਡ ਵਾਈਡ ਡਿਸਟ੍ਰੀਬਿਊਟ ਕਰਨਗੇ ਓਮਜੀ ਸਟਾਰ ਸਟੂਡੀਓਜ਼। ਜੇ ਆਪਾਂ ਫਿਲਮ ਦੇ ਟ੍ਰੇਲਰ ਦੀ ਗੱਲ ਕਰੀਏ, ਇਹ ਦੋਨੋਂ ਮੁੱਖ ਕਿਰਦਾਰ ਝੱਲਿਆਂ ਦੀ ਐਕਟਿੰਗ ਕਰਦੇ ਨਜ਼ਰ ਆ ਰਹੇ ਨੇ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਦੋਨੋਂ ਐਕਟਰਸ ਇਹਨਾਂ ਕਿਰਦਾਰਾਂ ਲਈ ਫਿੱਟ ਬਹਿੰਦੇ ਨੇ। ਇਸ ਫਿਲਮ ਵਿੱਚ ਇਹ ਦੋਨੋਂ ਇੱਕ ਦੂਜੇ ਨੂੰ ਸਹੀ ਮੈਚ ਸਮਝਦੇ ਮਿਲਦੇ ਨੇ, ਪਰ ਕਹਾਣੀ ਇਸ ਮਿਲਣ ਦੀ ਇੰਨੀ ਵੀ ਸੌਖੀ ਨਹੀਂ ਹੋਣ ਵਾਲੀ। ਫਿਲਮ ਸ਼ੂਟ ਕੀਤੀ ਗਈ ਹੈ ਇੰਗਲੈਂਡ ਦੇ ਵਿੱਚ, ਜੋ ਕਿ ਇਸ ਫਿਲਮ ਨੂੰ ਵੱਖਰਾ ਬਣਾਉਂਦੀ ਹੈ। ਐਵੇਂ ਨਹੀਂ ਹੈ ਕਿ ਇਹ ਫਿਲਮ ਪਹਿਲੀ ਹੈ ਜੋ ਕਿ ਇੰਗਲੈਂਡ ਵਿੱਚ ਸ਼ੂਟ ਕੀਤੀ ਗਈ ਹੈ, ਪਰ ਇਸ ਫਿਲਮ ਦਾ ਕੌਨਸੈਪਟ ਇਸ ਨੂੰ ਵੱਖਰਾ ਬਣਾਉਂਦਾ ਹੈ। ਇਸ ਫਿਲਮ ਦੇ ਟ੍ਰੇਲਰ ਨੇ ਸਾਡੀ ਇਸ ਫਿਲਮ ਨੂੰ ਵੇਖਣ ਦੀ ਬੇਤਾਬੀ ਨੂੰ ਵਧਾ ਦਿੱਤਾ ਹੈ। ਖੈਰ, ਅਸੀਂ ਤਾਂ ਬਹੁਤ ਜ਼ਿਆਦਾ ਐਕਸਾਈਟਡ ਹਾਂ ਇਸ ਫਿਲਮ ਨੂੰ ਦੇਖਣ ਦੇ ਲਈ। ਤੁਸੀਂ ਵੀ ਟ੍ਰੇਲਰ ਨੂੰ ਜ਼ਰੂਰ ਦੇਖੋ ਅਤੇ ਸਾਨੂੰ ਸਾਡੇ ਕਮੈਂਟ ਸੈਕਸ਼ਨ ਥੱਲੇ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਹਾਨੂੰ ਇਹ ਟ੍ਰੇਲਰ ਕਿਵੇਂ ਦਾ ਲੱਗਿਆ। ਇਸ ਫਿਲਮ ਦੀਆਂ ਹੋਰ ਅਪਡੇਟਸ ਲਈ ਅਤੇ ਪੰਜਾਬੀ ਸਿਨੇਮਾ ਦੀਆਂ ਹੋਰ ਤਾਜ਼ਾ ਖਬਰਾਂ ਦੇ ਲਈ ਜੁੜੇ ਰਹੋ ਸਾਡੀ ਵੈਬਸਾਈਟ www.punjabimania.com। ਨਾਲੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ।